ਸ਼ੰਭੂ ਬਾਰਡਰ 'ਤੇ ਤੁਸੀਂ ਦੇਖ ਸਕਦੇ ਕਿਸਾਨਾਂ ਦਾ ਮੋਰਚਾ ਜਿਹੜਾ ਕਿਸ ਤਰੀਕੇ ਨਾਲ ਲਗਾਤਾਰ ਜਾਰੀ ਹੈਗਾ ਵਾ। ਕਿਸਾਨ ਹਰ ਅੱਜ ਬਰਸਾਤ ਵੀ ਹੋਈ ਆ ਸ਼ੰਭੂ ਦੇ ਵਿੱਚ, ਇਹਦੇ ਬਾਵਜੂਦ ਕਿਸਾਨ ਜਿਹੜੇ ਆ ਉਹ ਮੋਰਚੇ ਵਿੱਚ ਡਟੇ ਹੋਏ ਆ, ਹਰ ਹਾਲਤ ਡਟੇ। ਇਹ ਕਿਸਾਨਾਂ ਦਾ ਮੋਰਚਾ ਜਿਹੜਾ 128ਵੇਂ ਦਿਨ ਵਿੱਚ ਅੱਜ ਪੁੱਜ ਚੁੱਕਾ ਵਾ, ਔਰ ਬਰਸਾਤ ਜਿਹੜੀ ਅੱਜ ਹੋਈ ਆ ਇਸ ਬਰਸਾਤ ਦੇ ਵਿੱਚ ਵੀ ਮੋਰਚਾ ਜਿਹੜਾ ਵਾ ਉਹ ਚੜ੍ਹਦੀ ਕਲਾ ਦੇ ਵਿੱਚ ਜਾਰੀ ਆ। ਲਗਾਤਾਰ ਜਿਹੜੇ ਕਿਸਾਨ ਆ ਆਪਣੀਆਂ ਮੰਗਾਂ ਵਾਸਤੇ ਜਿਹੜੇ ਮੋਰਚੇ ਵਿੱਚ ਲਗਾਤਾਰ ਡਟੇ ਹੋਏ ਆ। ਤੁਸੀਂ ਵੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਕਿਵੇਂ ਕਿਸਾਨ ਮੋਰਚੇ ਵਿੱਚ ਡਟੇ ਹੋਏ ਆ। ਅੱਜ ਸ਼ੰਭੂ 'ਤੇ ਬਰਸਾਤ ਵੀ ਹੋ ਰਹੀ ਹੈਗੀ ਆ, ਜਿੰਨਾ ਕੁ ਵਿਖਾਇਆ ਜਾਂਦਾ ਵਿਖਾਲਦੇ ਹਾਂ ਜੀ। ਕਿਵੇਂ ਆਪਣੇ ਡੇਰੇ ਜਮਾਏ ਹੋਏ ਆ, ਜਦੋਂ ਕਿ ਪਾਣੀ ਵਾਲੇ ਟੈਂਕਰ ਆਪਦੇ ਪ੍ਰਬੰਧ ਜਿਵੇਂ ਜਟਾਏ ਹੁੰਦੇ ਜਾਂਦੇ ਆ। ਔਰ ਅੱਜ ਗਰਮੀ ਤੋਂ ਰਾਹਤ ਪਾਈ ਹੋਈ, ਬੇਸ਼ੱਕ ਹਨੇਰੀ ਚੱਕੜਨਾ ਸਾਨੂੰ ਫਿਰ ਕੰਮ ਦੁਬਾਰਾ ਫਿਰ ਖੜ੍ਹਾ ਕਰਨਾ ਪੈਣਾ, ਠੀਕ ਹੈ ਜੀ। ਪਰ ਕਿਸਾਨ ਮੋਰਚਿਆਂ ਵਿੱਚ ਡਟੇ ਹੋਏ ਆ, ਇਹ ਲਗਾਤਾਰ ਜਿਹੜਾ ਮੋਰਚਾ 13 ਫਰਵਰੀ ਤੋਂ ਚੱਲ ਰਿਹਾ, ਵਿੱਚ ਟੈਂਕਰ ਵੀ ਹੈਗੇ ਪਾਣੀ ਵਾਲੇ, ਠੀਕ ਹੈ ਜੀ। ਵਿੱਚ ਆਪਣੇ ਮਕਾਨ ਬਣਾਏ ਹੋਏ ਆ ਜਿਹੜੇ ਆਰਜੀ ਮਕਾਨ ਆ ਗਰਮੀ ਤੋਂ ਬਚਣ ਵਾਸਤੇ। ਔਰ ਇਹ ਤੁਸੀਂ ਦੇਖ ਸਕਦੇ ਹੋ ਲਗਾਤਾਰ ਕਿਸਾਨ ਇਸ ਨੂੰ ਚਾਹ ਲੈ ਕੇ ਆ ਰਹੇ ਆ। ਬਰਸਾਤ ਕਰਕੇ ਥੋੜ੍ਹੀ ਰਾਹਤ ਮਿਲੀ ਹੋਊਗੀ, ਅੱਜ ਜ਼ਿਆਦਾ ਲੰਮਾ ਸਣਾ ਸੁੱਤੇ ਹੋਣਗੇ ਮੋਰਚੇ ਦੇ ਵਿੱਚ। ਔਰ ਲਗਾਤਾਰ ਕੁਝ ਹਨੇਰੀ ਝੱਖੜੀ ਵਗਿਆ, ਆਹ ਘਰ ਢੱਠਾ ਦਿਖ ਰਿਹਾ, ਇਹਨੂੰ ਫਿਰ ਸਵੇਰੇ ਖੜ੍ਹਾ ਕਰਾਂਗੇ, ਠੀਕ ਹੈ। ਔਰ ਦੁਸ਼ਵਾਰੀਆਂ ਦੇ ਬਾਵਜੂਦ ਗਰਮੀ ਤੋਂ ਜ਼ਰੂਰ ਰਾਹਤ ਪਾਈ ਹੋ ਕਿਸਾਨਾਂ ਨੇ, ਅਤੇ ਮੋਰਚਾ ਕਿਸਾਨਾਂ ਦਾ ਲਗਾਤਾਰ ਚੜ੍ਹਦੀ ਕਲਾ ਵਿੱਚ ਚੱਲਦਾ ਹੋਇਆ। ਲਗਾਤਾਰ ਤੁਸੀਂ ਦੇਖ ਰਹੇ ਹੋ ਵੱਡੇ ਸ਼ੈੱਡ ਵੀ ਹੈਗੇ ਆ ਮੋਰਚੇ ਵਿੱਚ ਡਟੇ ਹੋਏ ਆ ਕਿਸਾਨ ਵਿੱਚ। ਮੈਂ ਸਰਵਣ ਸਿੰਘ ਪਨੇਰ ਜੀ ਸ਼ੰਭੂ ਮੋਰਚੇ ਤੋਂ ਬੋਲ ਰਿਹਾ। 129ਵਾਂ ਦਿਨ ਹੋ ਗਿਆ ਵਾ ਆਪਾਂ ਨੂੰ, ਔਰ ਅੱਜ 12 ਵਜੇ PC ਹੋਊਗੀ ਚੰਡੀਗੜ੍ਹ ਕਿਸਾਨ ਭਵਨ। ਸਾਰੇ ਪ੍ਰੋਗਰਾਮ ਉਹਦੇ ਵਿੱਚ ਆਉਣਗੇ। ਜਿਵੇਂ ਤੁਹਾਨੂੰ ਪਤਾ ਹੀ ਆ ਵੀ ਕੁਛ ਫਸਲਾਂ ਦੀ ਜਿਹੜੀ MSP ਵਧਾਈ ਗਈ ਆ, ਮੈਂ ਇੱਥੇ ਇਹੀ ਗੱਲ ਕਹਿਣਾ ਚਾਹਾਂ, MSP ਵਧਾਉਣਾ ਇਹ ਲਗਭਗ 6 ਮਹੀਨੇ ਬਾਅਦ ਹੋ ਰਿਹਾ। ਅਸਲ ਜਿਹੜੀ MSP ਦਾ ਐਲਾਨ ਹੁੰਦਾ ਉੱਤੇ ਖਰੀਦ ਕਰਨ ਦਾ ਸਭ ਤੋਂ ਵੱਡਾ ਮੁੱਦਾ ਇਹ ਸਮਝੋ ਵੀ ਖਰੀਦ ਕਰਾਉਣੀ। ਕੱਲ੍ਹ ਕਣਕ ਝੋਨਾ ਖਰੀਦਦੇ ਆ, ਕੁਛ ਫਸਲਾਂ ਥੋੜ੍ਹੇ ਹੋਰ ਸਟੇਟਾਂ 'ਚ, ਅਸਲ ਉਹੀ ਗੱਲ ਆ ਵੀ ਲੀਗਲ ਗਰੰਟੀ ਕਾਨੂੰਨ ਵੀ ਜਿੰਨੀ ਤੁਸੀਂ MSP ਦਾ ਐਲਾਨ ਕਰਦੇ ਉੱਤੇ ਖਰੀਦ ਕਰੋ। ਤਾਂ 117 ਰੁਪਈਆਂ ਨਾਲ ਸਾਡਾ ਸਰ ਗਿਆ, ਅੱਜ ਵੀ ਤਿਆਰ ਆ ਵੀ ਚਰਚਾ ਕਰ ਲਓ ਵੀ ਸਾਡਾ ਲਾਗਤ ਖਰਚਾ 1 ਸਾਲ 'ਚ ਕਿੰਨਾ ਵੱਧ ਗਿਆ ਹੈਗਾ। ਸੋ ਇਸ ਕਰਕੇ ਬਾਕੀ PC 'ਚ ਤੁਹਾਡੇ ਨਾਲ ਦੱਸਾਂਗੇ। ਇੱਕ ਬੰਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਲੰਦਾ ਯੂਨੀਵਰਸਿਟੀ ਵਿੱਚ ਜਾ ਕੇ 2047 ਦੇ ਜਨਤਾ ਨੂੰ ਖਾਬ ਵਿਖਾਉਂਦੇ ਨੇ, ਅਤੇ ਇੱਕ ਬੰਨੇ
ਦੇਸ਼ ਦਾ ਨੌਜਵਾਨ ਨੀਡ ਇਮਤਿਹਾਨਾਂ ਵਿੱਚ, ਜਿਵੇਂ ਹੁਣ ਉਹ ਬੰਦੇ ਵੀ ਫੜੇ ਗਏ, ਉਹਨਾਂ ਕੋਲ 2-2 ਕਰੋੜ ਤੋਂ ਪਲੱਸ ਰੁਪਈਏ ਫੜੇ ਗਏ, ਉਹਦੇ ਬਾਰੇ ਕੋਈ ਨਹੀਂ ਹੈ ਵੀ ਇਹ ਅੰਧਕਾਰ 'ਚ ਕਿਵੇਂ ਸੁੱਟਿਆ ਜਾ ਰਿਹਾ ਦੇਸ਼ ਦੇ 24 ਲੱਖ ਔਰ 24 ਲੱਖ ਦੇ ਮਾਂ ਪਿਓ, ਉਹਨਾਂ ਦੇ ਭੈਣ ਭਰਾ, ਕਰੋੜਾਂ ਲੋਕਾਂ ਨੂੰ ਅੰਧਕਾਰ 'ਚ ਕਿਵੇਂ ਸੁੱਟਿਆ ਜਾ ਰਿਹਾ। ਉਹਦੀ ਨਿਰਪੱਖ ਜਾਂਚ ਹੋਊਗੀ। ਮੋਰਚਾ ਮੰਗਾਂ ਮਨਾਉਣ ਤੱਕ ਜਾਰੀ ਰਹਾਂਗਾ। ਸ਼ੰਭੂ 'ਤੇ ਵੀ ਬਰਸਾਤ ਹੋ ਰਹੀ ਹੈ, ਕੁਛ ਮੀਂਹ ਰਾਹਤ ਆ, ਬੇਸ਼ੱਕ ਹਨੇਰੀ ਝੱਕੜ ਦਾ ਨੁਕਸਾਨ ਵੀ ਹੋਏ ਆ, ਕੋਈ ਤਰਪਾਲਾਂ ਉੱਡੀਆਂ ਵਾ ਚੁੱਕੀਆਂ, ਪਰ ਕੋਈ ਗੱਲ ਨਹੀਂ, ਇਹ ਕੁਦਰਤ ਆ ਔਰ ਕਿਸਾਨ ਇਹਨਾਂ ਗੱਲਾਂ ਲਈ ਤਿਆਰ ਹੈਗੇ ਆ। ਧੰਨਵਾਦ।